ਸੁਬਹਾ 3 ਵਜੇ ਕੋਈ ਗੱਡੀ ਲੰਘੀ ਇੱਥੋਂ ਦੀ, ਅਤੇ ਗੱਡੀ ਜਦੋਂ ਸਿਗਨਲ ਨਹੀਂ ਹੋਇਆ ਅਤੇ ਗੱਡੀ ਰੁਕ ਗਈ। ਉਸ ਤੋਂ ਬਾਅਦ ਇਹਨਾਂ ਨੇ ਮੀਮੋ ਕੱਟ ਕੇ ਦਿੱਤਾ ਵੀ ਉੱਥੇ ਸਰੀਏ ਪਏ ਆ ਸਰੀਏ, ਤੋਂ ਉਸ ਤੋਂ ਬਾਅਦ ਆਰ ਪੀ ਐੱਫ ਨੂੰ ਮੀਮੋ ਕੱਟ ਕੇ ਦੇਤਾ। ਆਰ ਪੀ ਐੱਫ ਨੇ ਕੁਛ ਕਾਰਵਾਈ ਕੀਤੀ, ਉਸ ਤੋਂ ਬਾਅਦ ਉਹਨਾਂ ਦੇ ਹੱਥ ਚੈਨ ਆਰਨੀ ਨਹੀਂ ਸੀਗੀ ਜੁਰਮ, ਅਤੇ ਉਹ ਸਾਨੂੰ ਜੀ ਆਰ ਪੀ ਨੂੰ ਦੇਤਾ। ਜੀ ਆਰ ਪੀ ਨੇ ਉਸ ਤੋਂ ਬਾਅਦ ਐੱਫ ਆਈ ਆਰ ਲਾਂਚ ਕਰਤੀ ਹੈ, ਅਤੇ ਅਸੀਂ ਮੌਕੇ ਪਰ 9 ਸਰੀਏ ਬਰਾਮਦ ਕਰ ਲਏ ਹੈ ਅਤੇ ਅਸੀਂ ਡੰਪ 'ਚ ਕਰ ਰਹੇ ਹਾਂ। ਨਹੀਂ, ਇਹਦੇ ਬਾਰੇ ਕੁਛ ਨਹੀਂ ਪਤਾ ਲੱਗ ਰਿਹਾ ਹਜੇ, ਅਤੇ ਮੁਕੱਦਮੇ ਤਫਤੀਸ਼ ਜਾਰੀ ਹੈ। ਨਾ ਕੁਛ ਨਹੀਂ, ਹੋਰ ਰਿਕਵਰੀ ਨਹੀਂ ਹੋਈ, ਸਿਰਫ 9 ਸਰੀਏ ਬਰਾਮਦ ਹੋਏ। ਹੋ ਸਕਦਾ ਸ਼ਰਾਰਤੀ ਹੋਵੇ, ਕੁਛ ਇਹ ਕਹਿ ਨਹੀਂ ਸਕਦੇ। ਤਫਤੀਸ਼ ਅੱਗੇ ਜਾਰੀ ਆ। ਕੈਮਰੇ ਇਸ ਮਤਲਬ ਇਸ ਬਸਤੀ ਵਿੱਚ ਕੈਮਰੇ ਹੈ ਨਹੀਂ ਗੇ, ਕੱਲ ਵੀ ਸੁਬਹਾ ਆ ਕੇ ਚੈੱਕ ਕੀਤੇ ਅਸੀਂ, ਕੈਮਰੇ ਨਹੀਂ ਮਿਲੇ ਕੋਈ ਵੀ ਨੇੜੇ, ਕੋਈ ਕੈਮਰਾ ਨਹੀਂ ਉਸ ਏਰੀਏ ਦੇ ਵਿੱਚ ਜਿੱਥੇ ਵਾਰਦਾਤ ਰੱਖਿਆ ਸਰੀਏ, ਉੱਥੇ ਕੋਈ ਕੈਮਰਾ ਨਹੀਂ। ਕਿਹੜਾ ਇਲਾਕਾ ਪੈ ਜਾਂਦਾ ਇਹ ਰਸਤਾ ਪੈ ਜਾਂਦਾ ਜੀ ਬਠਿੰਡੇ ਤੋਂ ਦਿੱਲੀ ਦੀ ਲਾਈਨ 'ਤੇ, ਅਨਨੋਨ 'ਤੇ ਐੱਫ ਆਈ ਆਰ।